ਤਰਨਤਾਰਨ ਦੇ ਪਿੰਡ ਰਾਣੀਵਾਲਾ ਦੇ ਵਿੱਚ ਰਹਿਣ ਵਾਲੇ ਦਲਿਤ ਪਰਿਵਾਰ ਦੇ ਨਾਲ ਪੁਲਿਸ ਦੀ ਮੌਜੂਦਗੀ ਦੇ ਵਿੱਚ ਕਾਂਗਰਸੀ ਨੇਤਾ ਦੇ ਵੱਲੋਂ ਸੜਕ ਉੱਤੇ ਮਾਰਕੁੱਟ ਮਾਮਲੇ ਦੇ ਵਿੱਚ ਵਿਰੋਧੀ ਪੱਖ ਦੇ ਨੇਤਾ ਤਰਨਤਾਰਨ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਦਲਿਤ ਪਰਿਵਾਰ ਦੇ ਨਾਲ ਮਾਰਕੁੱਟ ਕਰਨ ਦੇ ਮਾਮਲੇ ਨੂੰ ਉਹ ਵਿਧਾਨ ਸਭਾ ਲੈ ਕੇ ਜਾਣਗੇ। ਅੱਜ ਉਹ ਇੱਥੇ ਦਲਿਤ ਪਰਿਵਾਰ ਨੂੰ ਮਿਲੇ ਅਤੇ ਉਹਨਾਂ ਨੂੰ ਆਰੋਪੀਆਂ ਦੇ ਖਿਲਾਫ਼ ਕਾਰਵਾਈ ਕਰਾਉਣ ਦਾ ਭਰੋਸਾ ਦਿੱਤਾ। ਰਾਣੀਵਾਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਦੇ ਨਾਲ ਇੱਥੋਂ ਦੇ ਕਾਂਗਰਸੀ ਨੇਤਾ ਨਿਸ਼ਾਨ ਸਿੰਘ ਦੇ ਵੱਲੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਮਾਰਕੁੱਟ ਕੀਤੀ ਗਈ ਸੀ, ਜਿਸ ਦੀ ਆਮ ਆਦਮੀ ਪਾਰਟੀ ਦੇ ਵਰਕਰ ਅਵਤਾਰ ਸਿੰਘ ਦੇ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਪੀੜਤ ਪਰਿਵਾਰ ਦੇ ਨਾਲ ਵਿਰੋਧੀ ਪੱਖ ਨੇਤਾ ਸੁਖਪਾਲ ਖਹਿਰਾ ਮਿਲਣ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਦਲਿਤ ਦੇ ਨਾਲ ਸੜਕ 'ਤੇ ਹੋਈ ਮਾਰਕੁੱਟ ਮੰਦਭਾਗੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਹੁਣ ਤੱਕ ਆਰੋਪੀਆਂ ਦੇ ਖਿਲਾਫ਼ ਕਾਰਵਾਈ ਨਹੀਂ ਕੀਤੀ, ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਰਾਜਨੀਤਿਕ ਦਬਾਅ ਹੈ। ਖਹਿਰਾ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਜਿੰਨੀ ਗੁੰਡਾਗਰਦੀ ਅਤੇ ਪੁਲਿਸ ਅਤੇ ਦਬਾਅ ਸੀ, ਉਹ ਕਾਂਗਰਸ ਸਰਕਾਰ ਦੇ ਦੌਰਾਨ ਹੋਰ ਵੀ ਵੱਧ ਗਿਆ ਹੈ। ਉੱਥੇ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਨੂੰ ਉਹਨਾਂ ਨੇ ਭਗੌੜਾ ਦੱਸਿਆ। ਉਹਨਾਂ ਨੇ ਕਿਹਾ ਕਿ ਆਪਣੇ ਹਲਕੇ ਦੀ ਜਗ੍ਹਾ ਉਹਨਾਂ ਨੂੰ ਭੁਲੱਥ ਭੇਜ ਦਿੱਤਾ ਗਿਆ ਹੈ। ਉਹਨਾਂ ਨੇ ਸਿੱਕੀ ਉੱਤੇ ਗੁੰਡਾਗਰਦੀ ਅਤੇ ਗੈਰ ਕਾਨੂੰਨੀ ਸ਼ਰਾਬ ਵਿਕਾਉਣ ਦੇ ਇਲਜ਼ਾਮ ਲਗਾਏ। ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਇਸ ਰਾਣੀਵਾਲਾ ਪਿੰਡ ਵਿੱਚ ਔਰਤਾਂ ਸ਼ਿਕਾਇਤ ਕਰ ਰਹੀਆਂ ਨੇ ਇਹਦਾ ਕਿਸ ਤਰ੍ਹਾਂ ਇਹਦੇ ਨਾਲ ਪਹਿਲਾਂ ਤਾਂ ਉਹਨਾਂ ਨੇ ਦੁਰਵਿਵਹਾਰ ਕੀਤਾ, ਵਰਗ ਦੇ ਨਾਲ ਅਤਿਆਚਾਰ, ਔਰ ਉਹਦੇ ਤੋਂ ਅੱਗੇ ਔਰਤਾਂ ਦੇ ਨਾਲ, ਦਲਿਤ ਔਰਤਾਂ ਨਾਲ ਕੁੱਟਮਾਰ ਕਰਨੀ। ਇਹ ਮਾਮਲਾ ਅਸੀਂ ਪੰਜਾਬ ਦੀ ਵਿਧਾਨ ਸਭਾ ਵਿੱਚ ਅਵਸ਼ ਉਠਾਵਾਂਗੇ ਔਰ ਇਹਨਾਂ ਲੋਕਾਂ ਨੂੰ ਇਨਸਾਫ਼ ਦੇ ਕੇ ਰਵਾਂਗੇ, ਔਰ ਇਮੀਡੀਏਟਲੀ ਪੁਲਿਸ ਸ਼ੁੱਡ ਅਰੈਸਟ ਦ ਕਲਪਿਟਸ ਔਰ ਉਹਨਾਂ ਦੇ ਖਿਲਾਫ਼ ਜੋ ਬਣਦੀ ਕਰਵਾਈ। ਇਹ ਵੀ ਪਤਾ ਲੱਗਿਆ ਕਿ ਇਸ ਪਿੰਡ ਦਾ ਉਹ ਕਾਂਗਰਸੀ ਬਦਮਾਸ਼ ਹੋ ਤੋਂ ਪਹਿਲਾਂ ਹੀ 376 ਸਮੇਤ ਬਹੁਤ ਸਾਰੇ ਪਰਚੇ ਦਰਜ ਨੇ, ਔਰ ਮਾੜਾ ਐਲੀਮੈਂਟ ਆ ਉਹਦੇ ਖਿਲਾਫ਼ ਇਸ ਵਾਰੀ ਵੀ ਨਾ ਸਿਰਫ਼ ਐਸਸੀ ਐਕਟ ਬਲਕਿ 354 ਜਿਹੜੀ ਹੈ ਕਿਸੇ ਔਰਤ ਦੇ ਨਾਲ ਛੇੜਛਾੜ ਕਰਨੀ, ਉਹਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਤਰਨਤਾਰਨ ਤੋਂ ਵਿਜੇ ਹੈਪੀ ਦੀ ਰਿਪੋਰਟ, KTV।